وحافظا وقائدا ونصرا دليلا وعينا هدى تسكنه ارزقا طولا وتمتعه فيها طويلا يا رب محمد وآل محمد وعجل فرجهم وسخط مخرج الشيطان الرجيم بسم الله الرحمن الرحيم صلوات اللهم السلام على من كان نبيا وآدم بين الماء والتين صلوات مالک کون و مکان بھائیوں دی محنت کوشش پوری بچھائی خرچ خرجات نظر نیاز اپنی خصوصی بارگاہ وچ قبول فرمائے تو تمام سارے عزت والے مومنین مومنات سادات غیر سادات دربار عالی چٹور آیا مالک منظور کوئی مومن اس وقت تک موت نہ ویکھے جب تک وہ چوڑا دا زوار نہ بن جائے خزانہ غیب چوں مالک ہر مومن دی مدد فرماوے علی اللہ پڑھن والے کسے دا محتاج کعبہ بنایا دو نبیاں نبی بھی ہیں امام ہی ہیں پیو پتر بھی ہیں ایک پتھر لے دے ہیں دو رکعت نوافل پڑھتے پتھر رکھ دے ہیں و دو رکعت
ਸ਼ੁਕਰ ਹੈ ਤੇਰੀ ਜ਼ਾਤ ਦਾ। ਅਲੀ ਦੇ ਘਰ ਬਣਾਉਣ ਵਾਸਤੇ ਤੈਂ ਅਸਾਂ ਪਿਓ ਪੁੱਤਰਾਂ ਨੂੰ ਮਜ਼ਦੂਰ ਤੇ ਮਿਸਤਰੀ ਚੁਣਿਆ। ਸੱਯਦ ਹੋਣ ਕਿ ਮੋਈ ਦੇ ਨਾਲ ਬਾਬੇ ਹੋਰ ਆ ਗਏ, ਮੈਂ ਤਾਂ ਵੇਖੇ ਹੀ ਨਹੀਂ। ਚਲੋ ਚਲੋ ਬਿਸਮਿਲਲਾ ਜ਼ਿੰਦਗੀ ਆਉਣ ਤਵੰਜੋ ਭਾਈ ਖੜਾ ਰਿਹਾ। ਇਹ ਕਈ ਸੌ ਸਾਲ ਗੁਜ਼ਰ ਉੱਤੇ ਬਾਰਿਸ਼ਾਂ ਵਿੱਚ ਬੁੱਤ ਬਾਹਰੋਂ ਡੱਬੜ ਜਿਵੇਂ ਹੋਇਆ। ਇਹ ਜਿਹੜੇ ਮੱਕੇ ਚਾਵੇ ਨਾ ਨਾ ਬੰਦੇ, ਉਹ ਜਿਹੜੇ ਪੁਰਾਣੇ ਸ਼ਰਾਣੇ ਆਉਂਦੇ ਹੁਣ ਮਕਾਮੀ ਗੁਰਬੁਰਜਿਆਂ ਨੇ ਇਹ ਕੋਠਾ ਕੱਲਾ ਖੱਲਾ ਹੈ। ਇਹ ਕੀ ਹੈ ਮਕਾਨ? ਹੈ ਪੱਥਰ ਭਾਈ। ਅਸਾਂ ਅਸਾਂ ਤਾਂ ਆਖੋ ਲਈਏ ਦੀ ਥਾਂ ਜਿੱਥੇ ਖੱਲਾ ਹੈ। ਪਤਾ ਨਹੀਂ ਕਿਆ ਰਾਜ਼ ਹੈ, ਸੁਣਿਆ ਇਹ ਨਬੀਆਂ ਬਣਾਏ। ਉਹ ਰਾਜ਼ ਖੁੱਲਿਆ ਜਦੋਂ ਇਸੇ ਚ ਇਮਰਾਨ ਦਾ ਚੰਨ ਆਇਆ। ਮਿਹਰਬਾਨੀ ਅਲੀ ਮੌਲਾ ਦਾ ਜ਼ਹੂਰ ਹੋਇਆ। ਇਸ ਤੋਂ ਪਹਿਲੇ ਕਦੀ ਕਹਿ ਵੀ ਕਾਬੇ ਨੂੰ ਸਜਦਾ ਕੋਈ ਲਿਫਟ ਨਹੀਂ ਕਰਾਈ, ਕਹਿ ਸਲਾਮ ਝੁਕਿਆ ਝੁਕਾ ਕੇ, ਸਿਵਾਏ ਹਾਸ਼ਮੀਆਂ ਦੇ ਪਤਾ ਹੀ ਕਹਿ ਨੂੰ ਲੱਗ ਜੋ ਇਸ ਦੀ ਇੱਜ਼ਤ। ਅਲੀ ਦੇ ਜ਼ਹੂਰ ਦੇ ਬਾਅਦ ਨਬੀਆਂ ਦੀਆਂ ਗਰਦਨਾਂ ਝੁਕ ਗਈ। ਕਸੀਦਾ ਫੜਦਾ ਬੜੇ ਲੇਟ ਹੋ ਗਏ ਕੱਲ੍ਹ ਉੱਥੇ। ਇਹ ਵਹੀਦ ਅਬਾਸ ਜੱਗ ਮੇਰਾ ਅਜ਼ੀਜ਼ ਹੈ, ਬੱਚਾ ਹੈ। ਇਹ ਕੱਲ੍ਹ 14 ਘੰਟਿਆਂ ਦਾ ਬੈਠਾ ਆਈ ਅਤੇ ਮੈਨੂੰ ਜਲਦੀ ਆਈ ਅਤੇ ਮੈਂ ਹੀ ਇਹਨੂੰ ਲਿਫਟ ਨਹੀਂ ਕਰਾਈ, ਸਿੱਧਾ ਮੈਂਬਰ 'ਤੇ। ਉਹ ਕਲੋ ਕਾ ਅਹਿਸਾਸ ਆਈ ਇਸ ਵਾਸਤੇ ਮੈਂ ਹੁਣ ਬੜੀ ਦੇਰ ਬਹਿਣਾ ਪੈ ਗਿਆ ਉਸ ਪੜਿਆ। ਹੁਣ ਅੱਗੋਂ ਮਜਲਸਾਂ ਪੜ੍ਹਨੀਆਂ ਸੀ 4, 3 ਦਿਨ ਦੀਆਂ ਅਤੇ 1 ਅਤੇ ਮੈਂ ਨਾ ਵੀ ਇੱਥੇ ਜਲਦੀ ਜਲਦੀ ਪੜ੍ਹ ਲਵਾਂ ਅਤੇ ਅੱਗੇ ਚਲੋ 3 ਪੜ੍ਹੀ ਜਾਵੇ ਤਾਂ ਬੜੀ ਗੱਲ। ਹੁਣ ਤੁਸੀਂ ਤਵੱਜੋ ਕਰੇ ਸੋ ਤਾਂ ਕਦੀ ਦੱਸ ਇਹ ਪੀਰ ਹੈ। ਇਹਨੂੰ ਮੈਂ ਜਾਣਦਾ ਹਾਂ, ਇਹ ਹਸ਼ਮਤ ਮੇਰਾ ਅਲੀ ਦਾ ਸੱਯਦ ਹੈ ਅਤੇ ਮਸਕੀਨ ਗਰੀਬ ਵੀ ਬੜਾ ਹੈ ਬੱਚੀ ਦਾ। ਇਸ ਕੁਝ ਕਰਨਾ ਇਸ ਗੱਲ ਦਾ ਮੈਂ ਗਵਾਹ ਹਾਂ ਅਤੇ ਤੁਸੀਂ ਜਿਤਨਾ ਜਲਦੀ ਹੋ ਸਕੇ ਇਸ ਹਿੰਮਤ ਕਰ ਦਿਓ। ਮੌਲਾ ਤੁਹਾਨੂੰ ਇਸ ਦਾ ਅਜਰ ਦੇ ਸੀ ਅੱਗੇ ਨੇੜੇ ਹੋ ਗਏ। ਮੌਲਾ ਸਲਾਮਤ ਪੜ੍ਹੀਏ ਜਨਾਬ ਕਸੀਦਾ। ਕਾਬੇ ਦਾ ਹੈ ਨਿਕਮ ਕਦਰ ਕਾਬੇ
ਅੱਛਾ ਜੀ ਇਹ ਨੇਤੀ ਨਹੀਂ ਹੁੰਦਾ ਗਾਜ਼ੀ ਰੰਗ ਲਾਵੀ ਇਹ ਬੀਬੀ ਟੁਰੀ ਕਾਬੇ ਦੇ ਕੋਲ ਆਈ ਅਗੂ ਏਡਾ ਮੋਟਾ ਤਾਲਾ ਕਾਬੇ ਨੂੰ ਬੂਹਾ ਬੰਦ ਬੀਬੀ ਦੇ ਕਦਮ ਰੁਕ ਗਏ ਜਬਰੀਲ ਪੁੱਛਿਆ ਕਿਉਂ ਸੈਣ ਰੁਕ ਗਏ ਫਰਮਾਇਆ ਅਗੂ ਬੂਹਾ ਹੀ ਬੰਦ ਤੇ ਚਾਬੀ ਤਾਂ ਤਾਲਿਬ ਦੇ ਬਾਬੇ ਕੋਲ ਚਾਬੀ ਪਿੱਛਾ ਹੈ ਅਗੂ ਦਰਵਾਜ਼ਾ ਬੰਦ ਹੈ ਤਾਂ ਸੈਯਦ ਉਲ ਮਲਾਇਕ ਝੁੱਕ ਕੇ ਪਿਆ ਦੇ ਤਾਜੀ ਮਹਾਦਰੀ ਬਾਜੇ ਪਹਿਲ ਤੇ ਕੋ ਵੇਖ ਕੇ ਆਪੇ ਹਟਵੇ ਸੀ ਤਾਜੀ ਮਹਾਦਰੀ ਬੋਲੋ ਯਾਰ ਮਿਹਰਬਾਨੀ ਜਨਾਬ ਅਜਾ ਬੀਬੀ ਅੱਗੇ ਟੁਰੇ ਨਹੀਂ ਇਦੂ ਫਰਿਸ਼ਤਿਆਂ ਚ ਹਲਚਲ ਮਚ ਗਈ ਅੱਗੇ ਵੀ ਇੱਕ ਬੀਬੀ ਆਈ ਆਈ ਅੱਛਾ ਇਹ ਕੰਮ ਇਲਮੀ ਬਲਕਿ ਜਹਾਲਤ ਇਹ ਕੇਸਟਾਂ ਦਾ ਨਤੀਜਾ ਹੁੰਦਾ ਜੀ ਜਣੇ ਬੀਬੀ ਨੂੰ ਝਿਣਕ ਮਿਲੀ ਓਏ ਬਤੂਲ ਹੈ ਬਤੂਲ ਨੂੰ ਕੌਣ ਝਿਣਕੇ ਆਉਂਦਾ ਤੇ ਨਾਲੇ ਨਬੀ ਦੀ ਮਾਂ ਹੈ ਰਹਿਨੁਮਾਈ ਕੀਤੀ ਫਰਮਾਇਆ ਇੱਥੇ ਨਹੀਂ ਤੇ ਉਹ ਜਿਹੜਾ ਖਜੀ ਜਾਂਦਾ ਝੁੰਡ ਇਹ ਬੀਬੀ ਮਰੀਮ ਤੁਸਾਂ ਉਹਦੇ ਜਾਵਣਾ ਇਹ ਗੱਲ ਫਰਿਸ਼ਤੇ ਬੈਠੇ ਕਰਦੇ ਨੇ ਬਈ ਅੱਗੇ ਇੱਕ ਨਬੀ ਦੀ ਮਾਂ ਆਈ ਉਸ ਬੀਬੀ ਨੂੰ ਹਟਾਇਆ ਗਿਆ ਹੁਣ ਇਹ ਅਕੀਲ ਦੀ ਮਾਂ ਆਈ ਖੜੀ ਹੈ ਪਤਾ ਨਹੀਂ ਕਿਆ ਬਣ ਸੀ ਤਾਂ ਜਬਰਾਇਲ ਝੂਮ ਕੇ ਪਿਆਦਾ ਹੈ ਓ ਮਰੀਮ ਹੈ ਮਾਈ ਸਾਦੀ ਜਾਨੀ ਜਲਦੀ ਨਾਲ ਹਟਾਈ ਗਈ ਮਿਹਰਬਾਨੀ ਜਨਾਬ ਮਰੀਮ ਹੈ ਮਾਈ ਸਾਦੀ ਜਾਨੀ ਜਲਦੀ ਨਾਲ ਹਟਾਈ ਗਈ ਮਾਲਾ ਦੇ ਬਾਲ ਅਲੇ ਦੇ ਹੈ ਜਾਨੀ ਮਿੰਤਾ ਨਾਲ ਬੁਲਾਏ ਗਏ ਇੰਦੇ ਇਸ ਤੱਕ ਬਾਲ ਚ ਕਾਬੇ ਤੂੰ ਇੰਦੇ ਇਸ ਤੱਕ ਬਾਲ ਚ ਕਾਬੇ ਤੂੰ ਰੱਬ ਬਿਸਮਿਲਲਾ ਪੜ੍ਹਵਾਇਆ ਮਿਹਰਬਾਨੀ ਜਨਾਬ ਬਾਬਾ ਜੀ ਲੰਗਰ ਆਈ ਖੁੱਲੇ ਹੋਇਆ ਇਹਦੇ ਲੰਗਰ ਖੁੱਲੇ ਹੋਏ ਤੇ ਮਾਰਕਾ ਮੁੜ ਇੰਜ ਭਜਿਆ ਹੁਣ ਕਿਨਾ ਕੀਤਾ ਹੈ ਤੇ ਕਿਨਾ ਨਹੀਂ ਕੀਤਾ ਹੁਣ ਪਛਾੜਦਾ ਹੁਣ ਮਾਸ਼ਾ ਅੱਲਾ ਸਾਰੇ ਵਾਪਸ ਆ ਗਏ ਲੰਗਰ ਦਾ ਵਕਫਾ ਹੋ ਮੈਂ ਕੀ ਇਹਨਾਂ ਨੂੰ ਆਖਿਆ ਵੀ ਅੱਧਾ ਘੰਟਾ ਲੰਗਰ ਦਾ ਮੁਕੰਮਲ ਵਕਫਾ ਹੋਵੇ ਮੈਂ ਜ਼ਾਕਰ ਹੀ ਪਰੇਸ਼ਾਨ ਨਾ ਹੋਵੇ ਤੇ ਮੋਮਿਨ ਇਸ਼ੋ ਦੇ ਦੁਗੀਰਾਂ ਕਾਵਨ ਤੋਂ ਪਿੱਛਾ ਵੇਖਣ ਵੀ ਕਸੀਦਾ ਹੀ ਪੜੀ ਗਿਆ ਪਤਾ ਨਹੀਂ ਕਿਵੇਂ ਬਣ ਸਕਦਾ ਚਲੋ ਹੁਣ ਮਾਹੌਲ ਠੀਕ ਹੋਵੇ ਸੀ ਤੁਹਾਨੂੰ ਬਾਅਦ ਮੈਂਬਰ ਦੇਣਾ ਮੈਂ ਦੀਵਾਰ ਫੱਟੀ ਬੀਬੀ ਅੰਦਰ ਗਈ ਦੀਵਾਰ ਮਿਲ ਗਈ ਹੁਣ ਇਹ ਨਹੀਂ ਜੋ ਵਿੱਚ ਦਰਾਰ ਯਾਨੀ ਵਿੱਚ ਖਲਾ ਹੈ ਲਾਲਾ ਨਾ ਨਾ ਖਲਾ ਕੋਈ ਨਹੀਂ ਇਹ ਨਹੀਂ ਬਈ ਟੁੱਟੀ ਪਾਟੀ ਖੜੀ ਹੈ ਅਤੇ ਵਿੱਚੋਂ ਪਾਸੇ ਨਜ਼ਰ ਆਉਂਦੀ ਇਹ ਗੱਲ ਨਹੀਂ ਗੱਲ ਇਹ ਵੀ ਜਿਹੜਾ ਉਹ ਵਕਤ ਜੁੜੀ ਆਈ ਤੇ ਜਿਹੜਾ ਉਹ ਜੋੜ ਹੈ ਉਹ ਇਹਨਾਂ ਕੋਲ ਨਹੀਂ ਪਿਆ ਮਿੰਟ ਦਾ ਇਹ ਚਾਹੁੰਦੇ ਨੇ ਜੋ ਇਹ ਇੰਜ ਹੋਵੇ ਇੰਜ ਤੇ ਇਹ ਇੰਜ ਹੋਵੇ ਇਹੋ ਨਹੀਂ ਹੁੰਦਾ ਪੂਰੀ ਦੁਨੀਆਂ ਦੇ ਇੰਜੀਨੀਅਰ ਗੁੱਲ ਖੜੇ ਨੇ ਇਹ ਇੰਜ ਨਹੀਂ ਹੁੰਦਾ ਕੈਮੀਕਲ ਪਤਾ ਨਹੀਂ ਕਿਆ ਕਿਆ ਪਾਇਆ ਜਿਹੜਾ ਆਖਰੀ ਬੰਦਾ ਆਇਆ ਅੰਗਰੇਜ਼ ਆਈ
بہت بڑا انجینئر آئی اس بڑا معائنہ کیتا اخیر اس پوچھا بھی یہ پھٹی کدن آئی انہاں کیا جدہ 13 رجب نو اس سے شیعہ دا پیر علی آیا چلو او تو ادلا کام میں مجلس سچ ہاتھ چیسے تماشر والے دن ہاتھ گوائی دے سی زبان نال بولے سی تو زبان گوائی دے سی مہربانی اے ہن سارے بول پئے ہو سارے ماشاء اللہ بڑے بڑے ساڈے سردار صاحبان دور دے مہمان کافی تشریف پورے ملک دا مجمع ہے میرے براواں دی بڑی محنت ہے اللہ انہاں نوں زندگی دے وے بھائی عامر عباس خان نوں مولا اپنے حفظ و امان وچ رکھے گھر ساڈا اے براں ساڈے اللہ بزرگاں دی زندگی دراز فرماوے مولا مال رزق وچ برکت پا انشاءاللہ اے ہن انہاں دے بچے نا محسن خان اوراں تے سارے ہن اے ماشاءاللہ ہر شے سنبھالی کھڑن تے مولا نسلاں انہاں دی ساریاں نوں آزاداں بنا مولا اس دا اجر عظیم عطا فرماوے قصیدہ ہے پڑھدا مڑ چیک کرے سا جے ایتھے میرا ہاں ٹھریا تے مڑ بس تے جے نہ ٹھریا تے مڑ اگاں وے نے ہے نبی بندا کی اے علی دی ماں کرم فرما میرے گھر آ اجر دے سا بنے بیٹھے ہوئے تو موڑی بڑا مزہ آتا ہے علی دی ماں کرم فرما میرے گھر آ اجر دے سا علی دی ماں کرم فرما میرے گھر آ اجر دے سا علی دی ماں کرم فرما میرے گھر آ اجر دے سا علی دی ماں کرم فرما میرے گھر آ مہربانی مولا رنگ لاوے میں ویکھی کھلا گڈو بھرا میں نو آپ نو تکلیف کرنی پوسی اے لڑ بھڑ کے داد لونی پوسی چلو مہربانی مولا زندگی کرے سائن راضی ہوے اجر دے سان توجہ پسر دے سان اللہ فرمایا میری کنیز اگر تو میرے کعبے وچ میرے گھر آویں تے میں وعدہ پیا کردا اجر دے سان تدا رتبہ جدو ہو سے اجر دے سان تدا رتبہ
دروازے تک پہنچی بی بی بہر جا قدم ہی سین نہیں رکھیا اللہ فرمایا جبرائیل جلدی بھج 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 ابو طالب دے بوہے تے متا میری کنیز ایک لمحے واسطے سوچے پتنی کیڑا کیڑا اللہ اجر دے سی تے کیا دے سی فرمایا جلدی ون ون میری کنیز نو آکھ اللہ پیا دائی ولی دا گئے وسا جا شیر پڑھدا آخری اجر فرمایا اگر تو میرے گھر آویں بلکہ تیرا آونا بہت ضروری ہے واجب ہے واجب تیرا میرے گھر آونا اے واجب ہے اچھا میں اگر اپنا گھر چھوڑ کے تیرے گھر آواں تب وقت اللہ فرمایا وقت میں وعدہ پیا کردا میں اج تو دا دے اج گھر دا قدر تنے ودھا دے شاہ میں اج تو با سنیا تن سنی قدر تنے ودھا دا تا جڑا ہے تیا کے جھک ویسی او کو حاجی بنا چلو پھر پڑھ دیو میں اج تو دا دے اج گھر دے قدر تنے ودا دے تا جڑا ہتھیا کے جھک ویسے آج بنا دے جا تو اج میں کو علی دے جا تو اج میں کو علی دے جا دیکھوں اپنا میں گھر دے راضی ہوئے ہو اے اللہ بھی علی ہے سڑا مولا بھی علی ہے منافقاں نوں ہی ہگل کھاندی ہے اٹھاوی منٹ ہو گئے مینو پڑھ دیا میں میتھ کمزور ہے مینو پہلو حساب کراں اچھا میں 56 نا دو دے چوں تے دا اتلے چوں 12 منٹ اور پڑھنا اے ہو جائے جڑے قصیدے ن اے صرف میں پڑھدا اے ہو جائے قصیدے میں پڑھدا تے کوڑے منہ والے دی رڑی نکل ویندی خدا دی قسم بھائی جان بڑے بڑے فساد پئے تے اودے پری بنی تے اکھیوں نہ متھے تے رکھ لیں
توڑ کوڑیا نو چیک کے وائیں ڈھایا سے یہ بڑا فساد بھی آئی یہ ایدے کوٹ دو والے دے پاسے او میں کیا مو کھلت میرے ہتھی جو آئی میں کیا میں اللہ نو علی آکھیا ہے میں علی نو اللہ تے نہیں آکھیا میں ویکھو نا خدا دے سارے نا ہن سو 99 نام ہے صفاتی تے ایک نا ہے ذاتی او ہے اللہ جیڑا بندہ اپنے کہے بال دا نا اللہ رکھ سی اونوں ایتھے ہی کھلے تے اگے ہی تے باقی تے ہر کوئی رکھدا ہے ابن حضر اے قاری صاحب قاری غفار تے ستار تے جبار تے ہن اے سارے اللہ دے نام اُدے کوئی مر گئی جڑی ترتیب نال خدا دے نام لکھے ہن 1 2 3 4 5 6 7 8 9 جڑے لے تو ویسے نا 39ویں نام تے اللہ دا 39واں نام ہے علی ماشاءاللہ جی سارے بولو ہے علی العلی العظیم یہ خدا دا نام ہے العلی العظیم اساں کوئی مشرک ہیں چول جہان دیا اوئے اساں سانو تمیز ہے اللہ خالق علی مخلوق اے اللہ نو علی دی بے شانی سجدہ کر دیئے اے تھوڑا فرق ہے جو خالق ہے تے مخلوق ہے اے کوئی برابری اساں تے خوشی دا اظہار کیتا ہے بھائی اللہ دا نام ہی علی ہے تے ساڈے پیر دا نام ہی اساں کدا ہی ہور دید رکھ کے قصیدہ پڑھنے ہیں سانو اے ایتھے قابو ہو وین پچھن دھرکین دے اے اللہ وی علی ہے ساڈا مولا وی علی ہے حلالی موالی نو دعوت رہنا بندنا را پائیتنی سوا لکھ نالا حیدری مولا رنگلاوی میں پہلے گزارش کی تیئے جو کعبہ بنیا کعبہ تے مولا امیر دے ظہور تو پچھے تم اور ساری جہان جو جھوکتے پہلو جاندہ ہی کوئی نہیں چلو میں نے کوئی آکھے چک دی کہیں سجدہ کی تو مولا دا ظہور ہویا تے پیچھے مڑ کائنات دی گردنا جھکیں اگر مولا علی دے ظہور تو پہلے کعبے نو کدی لفٹ ہی کہیں نہیں کرائی تے پیچھے وقت کائنات پہ جھک دیے تب بندے دا پتر بان میں نے ان کر کے پڑھن دے اللہ کے دا سونا انصاف بھی ہوتا ہے کعبے دا نیا علی دا طواف بھی آہا مہربانی مولا زندگی دراز کری اللہ کے نسانا انصاف بھی آندا ہے کعبے دن یا لے دن تواف بھی آندا ہے کعبے نو خرید لیا اللہ دے ولی ہے منافقاں نو ہی حگل کانے ہے کعبے نو خرید لیا اللہ دے ولی ہے اتھائی مکا ہوا مو ہن ادو بھائی آ گیا ہے سردار رضوان عباس خان قیامت صاحب ہن چلو میں 71 ہو ہی پڑھ دے اگر اینا آندے تو ہن تے میں ادھا بند پڑی کھلوں گا آؤ جناب آؤ 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 جناب بسم اللہ بسم اللہ ہاں مولا رنگ لاوے میں 70 پڑھدا 70 سننی جی بسم اللہ مہربانی کی اے جیڑا او جنا او روحاں جنا دی جینو منے آئی ایتھے جم کے مڑ انہاں انہاں نو منے
ਹੁਣ ਜਿਹੜੇ ਪਤਾ ਲੱਗਾ ਨੇ ਵੀ ਅਸਾਂ ਤਾਂ ਨਾ ਹੀ ਮੰਨਣਾ, ਹੁਣ ਬੈੜੀਆਂ ਅੱਖੀ ਸਾਧਰ ਵੇਂਦੇ ਉਹਨਾਂ ਨੂੰ ਮੰਨਿਆ ਆਈ, ਅਸਾਂ ਸਾਈਆਂ ਨੂੰ ਮੰਨਿਆ ਆਈ, ਅਸਾਂ ਮੌਜੇ ਵਧਕ ਰਹਿੰਦੇ ਹਾਂ, ਉਹਨਾਂ ਦੇ ਅਗਲੇ ਪਿਛਲੇ ਮੌਜੇ ਵਧੇ। ਹਾਂ ਹੁਣ ਇਕਰਾਰ ਤੁਸੀਂ ਕੀਤੇ ਹਨ, ਸਾਡੇ ਨਾਲ ਕਿਉਂ ਲੜਦੇ ਹੋ? ਅਸਾਂ ਐਸੇ ਇੱਜ਼ਤ ਵਾਲੇ ਲੋਕ ਹੈ ਅਤੇ ਅਮਨ ਪਸੰਦ ਹੈ, ਕੁਰਾਨ ਦੀ ਕਸਮ ਅਸਾਂ ਤਾਂ ਹੋਣੀ। ਐਡੀ ਵੱਡੀ ਮਜਲਿਸ ਹੈ, ਮੇਰੇ ਬਿਰਾਵਾਂ ਬੜਾ ਖਰਚਾ ਕੀਤਾ ਹੈ, ਪੂਰੇ ਪਾਕਿਸਤਾਨ ਦੇ ਜ਼ਾਕਰੀਨ ਵੀ ਹਨ ਅਤੇ ਮੋਮਨੀਨ ਵੀ ਹਨ, ਅਤੇ ਮਾਸ਼ਾਅੱਲਾ ਐਡਾ ਵੱਡਾ ਪਿੰਡਾਲ ਅਤੇ ਫੁੱਲ ਹੋ ਗਿਆ ਭਾਈ, ਪਿੱਛੇ ਵੇਖ ਕੇ ਉਹ ਗੇਟ ਤੱਕ ਮੁਲੁਕ ਹੀ ਮੁਲੁਕ ਹੈ। ਅਸਾਂ ਹੁਣ ਸਾਰੇ ਰਲ ਕੇ, ਅਸਾਂ ਤਾਂ ਹੁਣ ਹੀ ਤੁਹਾਡੇ ਨਾਲ ਨਹੀਂ ਲੜਦੇ, ਤੁਸੀਂ ਭਾਵੇਂ ਸਾਨੂੰ ਜਿਵੇਂ ਹੀ ਵੇਖੋ, ਅਸਾਂ ਤਾਂ ਹੁਣ ਹੀ ਦੁਆ ਪੇ ਕਰਦੇ ਹਾਂ, ਉੱਠੋ ਸ਼ਬਦ ਤੁਸਾਂ ਨਾਲ ਅੱਲਾ ਸੁਫੀਆਂ ਦੇ ਟੋਰੇ, ਅੱਲਾ ਪਿੱਛੇ ਪਿੱਛੇ ਸਾਨੂੰ ਇਮਰਾਨ ਹੈ। ਸਦਕੇ 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 ਆਪ ਜੀਵਨ ਦੱਸੋ ਜੀ, ਮਾਸ਼ਾਅੱਲਾ। ਸਾਰੀਆਂ ਦੀਆਂ ਸਾਡੇ ਪਿਓ ਕੋ ਢੇਰ ਸਲਾਮ ਦੇਵੇ। ਮੋਹਸਨ ਖਾਨ ਦਾ ਹੁਕਮ ਆਈ ਕਿ ਦੋ ਹੀ ਸ਼ਹਿਜ਼ਾਦੇ ਨੂੰ ਜਿਹੜੇ ਹਮ ਨਾਮ ਹਨ, ਮਗਰ ਇਹ ਬੜਾ ਫਰਕ ਹੈ, ਜੋ ਇੱਕ ਅਮੀਰ ਕਾਸਮ ਹੈ, ਇੱਕ ਗਰੀਬ ਲੋਕਾਂ ਦਾ। ਇਹਨਾਂ ਜੋ ਇੱਕ ਸ਼ਹਿਜ਼ਾਦੇ ਦੀ ਕੋਈ ਗੁਰਬਤ ਇੱਕ ਦੋ ਵਹਿਣ ਜਿਨ੍ਹਾਂ ਭੈਣਾਂ ਨੂੰ ਪਤਾ ਹੀ ਯਾਰਾਂ ਪਹਿਲੇ ਟੁਰ ਗਏ, ਬਾਰਵਾਂ ਟੁਰ ਸੀ ਤਾਂ ਕਿਹੜਾ ਵਾਪਸ ਆ ਸੀ। ਇਹ ਰੋਂਦੀਆਂ ਬੈਠੀਆਂ, ਤੂੰ ਮਾਂ ਦਾ ਜਿਗਰ ਵੇਖ, ਮਾਂ ਦਾ ਜੇ ਮਸ਼ਵਰਾ ਦਿੱਤਾ ਹੈ ਕਾਸਿਮ ਹੁਣ ਸੰਭਵ, ਜਿਹੜੇ ਇਹ ਸਮਝੇ ਹੀ ਹਨ ਵਕਤ ਮੈਂ ਜਗ੍ਹਾ ਸੀ, ਜਿਹੜੀ ਮਾਂ ਨੂੰ ਪਤਾ ਹੋਵੇ ਜੋ ਮੇਰੇ ਪੁੱਤਰ ਹੁਣ ਤੁਰੋ ਵੱਜਣਾ ਹੈ, ਉਹਨੂੰ ਕੋਈ ਨਿੰਦਰਾ ਵੀ ਨਹੀਂ ਆਈ। ਬੋਲੋ ਯਾਦ, ਸਾਰੀਆਂ ਧੀਆਂ ਸਮਝਾਈਆਂ, ਮੱਥਾ ਚੁੰਮਿਆ ਸਬਗਦਾਦ ਨਾ ਵੀ ਵੰਜਣਾ, ਅੰਮਾ ਵੰਜਣਾ ਤਾਈ ਬਹਿਣਾ ਨਹੀਂ ਵੰਜਣ ਦੇਣੀਆਂ, ਮੂੰਹ ਚੁੰਮਕਿਆ ਦੀਆਂ ਉੱਠੀ ਸਮਝਾਈਆਂ ਨੀ, ਮਾਂ ਪੁੱਤਰ ਹਵੇਲੀ ਦੇ ਦਰਵਾਜ਼ੇ ਤੇ ਆਣ ਰੱਜ ਕੇ ਮਿਲੀਏ, ਆਦੀ ਆਵਾਜ਼ ਅੱਲਾ ਦੇ ਹਵਾਲੇ, ਚਾਰ ਕਦਮਾਂ ਤੇ ਗਈਏ ਮਾਂ ਜੋਹਾਈ ਬੀਬੀ ਆਦੀ ਇੱਕ ਵਾਰੀ ਮੂੰਹ ਚੁਮਾਈ, ਪੁੱਤਰ ਵੱਲੇ ਹਾਂ ਲਾ ਕੇ ਪੱਥੋ ਰਹੇ, ਚੌਥੀ ਵਾਰ ਮਾਂ ਨੂੰ ਮਿਲ ਕੇ ਟੁਰਦਾ ਪੀ ਆਈ, ਯਾ ਉਸ ਭੇਡ ਦੀ ਅੱਖ ਖੁੱਲ ਗਈ ਏ ਜਿਹੜੀ ਘੁੰਮਦੀਆਂ ਪਹਾੜੀਆਂ ਚ ਰੁਲ ਕੇ ਮਰ ਗਈ, ਬੇੜਾ ਦਾ ਮੋਢੇ ਅੱਧੀ ਰਾਤ ਦਾ ਵੇਲਾ ਹੀ 18 ਬਹਿਣਾ ਬੇਰਾ ਉਹਦੇ ਇਰਦ ਗਿਰਦ ਹਾਲਾ ਪਾਇਆ ਹੋਇਆ, ਕਈ ਹੱਥ ਚੁੰਮਦੀ ਹੈ, ਕਈ ਸੀਨਾ ਚੁੰਮਦੀ ਹੈ, ਕਈ ਦਾੜੀ ਚੁੰਮਦੀ ਹੈ। ਅੱਧੀ ਰਾਤ ਦਾ ਵੇਲਾ ਮਦੀਨੇ ਛੜ ਕੋਈ ਸੁੱਤਾ ਵੀ ਆਈ, ਮੂਸਾ ਖਾ ਦਿੰਦੀ ਆ ਧੀਆਂ ਫਿਰਾ ਦੇ ਕੇ ਹੱਥ ਜੁੜ ਗਏ, ਰੋ ਰੋ ਕੇ ਪਈਆਂ ਦੀ ਅੰਸਰ ਦੇ ਪਿਓ ਕੋ ਢੇਰ ਸਲਾਮ ਦੇ, ਸਾਡਾ ਵੀ ਰੋਣ ਰੱਬ ਦੇ ਰੱਬ ਸਤਿਕਾਰ ਸਤਿਕਾਰ ਸਤਿਕਾਰ।
जवानी नसीब होगी। सिर्फ दो मिनट, दो या ढाई मिनट, बस हम मेरा पुत्र राजी हो गया। मैं एक जुमला इसे डेढ़ मिनट की गल ते अधे मिनट का मसाइल इवेंट अधे मिनट का अधी रात ले 18 भैन ते मां ए रोंदियां रही कासिम पुर दा अगा हाई वेदा बचा जड़े रात दे तुसा जवार बैठे हो तुसा वेख आयो जड़े नहीं गए मैं सैयद हां दुआ करदा मौला तुम इसे साल बुलावे ए हिला आला सैयद मशहूर है हिला तो थोड़ा सफर अगे जिथे अपना शहर आबाद कीता है शहरे कासमिया बड़ा बुलंद दरबार है सैयद दा एक अरसा जंगल टुरदा रही है एक अरसा मां के आई ना जो आबादी ते ना जावे दिन चढ़े तो जंगल च लुक जावे रात होवे तो सफर करे एक अरसा है सैयद पैदल टुरदा रही है लिबास वो जड़ा मां पवाया है नालायन त्रुट गई बिस्तर है कोई ना ये तारीखा दिए कि दो दो दिन भूखा रहा है जिन्हें भूख मजबूर करो सा उसने दरख्तों के पत्ते खो के खाना है पत्ते खा के समझा है ते ठंडा सा भर के आदाई अच्छा बाबा कढ़ाई तो मिल पोसे एक अरसा जंगल चुन शाम होनी पी आई इस जंगल चु डिठा है एक कच्ची जी छोटी जी बस्ती है ये जरा हूँ मीला झीला शहर है छोटी जी कच्चे घर बस्ती सोचे अस ये जो सारी जिंदगी में जंगल टुरदा रहा मैं कौन डसे सी बगदाद केड़े पास इसे मस्जिद जाव नमाज पढ़ा कोई तो शिया सी जरा शिया सी उससे तो पुछ रहे सा जो बगदाद केड़े गल मेरी मुक गई एक वैंड करदा इस मस्जिद आया मगरबेन दिया नमाजा पढ़ के एक चुंड च रोंदा बैठा है लोग आंदे नमाज पढ़ के टुर वेंदे ओ भाई तुहानू ते मुबारक है तुसा तां हुण मजलिस च बाहर निकल सो किबला ते इह सड़कां ते बन्नियां ते रस्तियां हर दो मिनट बाद कोई बंदा मिल सी या अली मदद या अली मदद। मैं उस वेले दी गल खड़ा करदा जिदा शिया नू शिया सालां बाद मिलदे हन हुण मुसलमान तो हर कोई आई मोमिन का पता ही कोई नहीं यार मां धी ना ही दसें जो मैं क्या कहनू मन दी हूँ बेरा बेरा ना ही दसदा मैं कहने मनन वालों ए नमाज पढ़ के रोंदा बैठा है उदू रात लह पई तो सोचे ना बैठा तू कैसा मुसाफिर है जनू अपनी मंजिल का पता ही कोई इशाह दे बाद भला हो अचानक एक जईफ जी मोमिन अंदर आए ये अबू बसीर इसका नाम है सर तो दस्तार लहाइए ये गल इस पाई इस करबला आले पास मुखी थी खड़ा आयो मेरा भजदे घोड़े तो लाहन आला मोहल्ला मैं सुने कासिम जिंदा हाई ते घोड़े भज गए तेरे अकबर दे अरमान कायनात बर्बाद हो जावे आ तेरी बहन की जुत्ती शाम ना जावे डेढ़ हजार साल बाद मेरे कुल सुन के रो पयो जेनी दादी दी चादर दी गल आई कासिम न रोना उस डर निकल गई इस अबू बसीर डर गया फरमाया डर नहीं जैन तू उधर रोना है मैं भी उन्होंने मनट वाला मुदत के बाद मोमिन मोमिन मिलिया राज रोने इदू चुमेस इदू बोसे लैस मथा चुमेस भावे बुढ़ाई हाथ जोड़े नहीं पूछता तू कौन है किथे घर रही किथे जावनी बस एहसान कर इया रात मेरा मेहमान बन कासिम आंदा क्यों अबू बसीर आंदा ढेर मुदत हो गई है जहरा दी धी दी लथी चादर नो रोनिया ना कोई शिया मिले ना मैं राज के मुकाम दे सकिया मेरे घर आ सारी रात तू मैनू परचावे बड़ी मंजूरी आई मजरे से बड़े खलूस नाल पूरी बिछी गई है बस भाई घर आया हुण कदर करें इस लफ्ज दी हिक वैंड करां हिक अरसे बाद मूसा काजम दे बछड़े चार पाई दिठी जेड़ा मिट्टियां ते समदा उस बिस्तर दिठा है जेड़ा पत्ते खांदा ही उस खाना दिठा खाना खा के थके सैयद जो हाई तकी ते सर रखे समझ गया अबू बसीर सोचे है शरीफे थका होया
اللہ جانے کتنو کتھو ٹرے آئے کتنا سفر. چلو کل نہیں چڑھسی حال وال پوچھو. اے نال والے کمرے چ ابو بصیر لیٹے آئے جڑے عزت دار میزبان ہوندے نوں انہاں کول اج نبی کوئی مسافر مہمان ہوئے تو وہ انج نہیں سمجھے جی میں روٹین ہی سمجھے بھائی مسافر ہے ان جانو ہے تکلیف ہو سکتی ہے کہیں شاید کی لوڑ جاگے نوٹے راندے نوں. ابو بصیر نال والے کمرے ستا پیا سوچیں پیا کہیں وڈے گھر دا ہے بڑا شریف ہے رول گیا ہے اللہ جانے کون ہے یہ سوچے نہ پیا ہے ادو شہزادہ قاسم نے خواب ڈٹھا ہے. خواب سناوا بھائی. ہے کہہ دیے جن گل چ وزنی تو کے ہاتھ چ کڑیاں پیر چ بیڑیاں جھکیاں ہی کمرے قاسم نہ متا چم کیا دن میں ڈوڑے اکھ میں کون تیرا قصور نہیں جدا میں وطن تو ٹریا تو ماں دی جھولی سیدا دے اکھی کھول میں بابا موسا سبحان اللہ سبحان اللہ بسم اللہ جوانی نصیب ہوگی. میں آخری سطر پڑھنا بابا میں بغداد آنا پیا سیدہ دے منہ کرنا یا بغداد نہ ہوئے کیوں بابا فرمائے دن پہلے تیرے یارا بھیرا ٹورے نہ بیڈو آئے نہ بھیڑا کو مل سکے بابا میرے بھیرا کن گئے فرمایا کہنو زندہ دیوارا چھ رکھایا گی کہنو زہر دیتی گئی ہے کوئی خنجر نال مکایا گی ہے تیرا کوئی پتھر دا دل لے ہاتھ بن کیا دے بابا میں کیا کرنا ہے فرمائے دنی تھائی زندگی گزار اے گل کر کے بابا اکھا تو غائب ہو گیا ہے جڑا بندہ ہن تائی ہائے نہیں کر سکا تینو سین دا واسطے سوچ کے دس جڑے مسافر نو پتہ لگ جاوے میں منزل تے نہیں پہنچ سکدا ادھی رات دا ویلا ہی ہر کوئی ستا پیا ہی قاسم چار پائی تو زمین تے آئے سر تے ہاتھ رکھیا دا ہاں میں غریب دی قسمت ابو بصیر بھج کے اٹھے نالین نہیں سبلا پیر لات کیا دے خدمت اچھ کمی آئیے تو میں معافی مگدا سیادہ دے نہیں مومن اللہ تیرا بھدا کرے خدمت اچھ کمی نہیں جنو ملن ویدہ پی آئے مٹھائی آکے منع کر گئی ہے ابو بصیر دو قدم ہٹ کیا دے کمال تینو منع کر گئی ہے منو حکم دے گئی ہے میرا بوٹا لا کیا دے خیال کرے دھیر ساریاں بھیڑا لبھیرا ہی دی مجھے لیمہ